ਪੱਕੀ ਗੱਲ ਹੈ ਯਾਰ, ਸਿਗਰਟ ਕੋਈ ਨਹੀਂ ਤਾਰਦਾ ਹੈਗਾ, ਇਹ ਗੱਲ ਤਾਂ ਪੱਕੀ ਆ। ਦੋਸਤੋ ਅਸੀਂ ਪਹੁੰਚ ਚੁੱਕੇ ਆਪਣੇ ਅਗਲੇ ਆਊਟਲੈਟ ਜਿਹਦਾ ਨਾਮ ਹੈ ਚਾਈਨੀਜ਼ ਸਿੰਘ। ਐਗਜੈਕਟਲੀ ਦੋਸਤੋ ਚਾਈਨੀਜ਼ ਰੈਸਟੋਰੈਂਟ ਬਹੁਤ ਸੋਹਣੇ, ਲੇਕਿਨ ਚਾਈਨੀਜ਼ ਸਿੰਘ ਪਹਿਲੀ ਵਾਰੀ ਮੋਹਾਲੀ ਦੇ ਵਿੱਚ ਲੈ ਕੇ ਆਇਆ ਐਨ ਪ੍ਰੋਪਰ ਚਾਈਨੀਜ਼ ਡਿਸ਼ਿਜ਼। ਮੋਹਾਲੀ ਪੰਜ ਫੇਸ ਦੇ ਵਿੱਚ ਦੋਸਤੋ ਆਊਟਲੈਟ ਤਾਂ ਕਦੇ ਵੀ ਵਿਜ਼ਿਟ ਕਰੋ। ਚਾਈਨੀਜ਼ ਸਿੰਘ ਦੇ ਕੋਲ ਕੀ ਹੈਗਾ, ਕੀ ਆਈਟਮਸ ਨੇ ਚਾਈਨੀਜ਼ ਡਿਸ਼ਿਜ਼ ਦੇ ਸਾਰੀਆਂ ਜਾਂ ਕੁਛ ਹੋਰ ਵੀ ਆ, ਹਰੇਕ ਚੀਜ਼ ਜਾਣਾਂਗੇ। ਪਰ ਉਸ ਤੋਂ ਪਹਿਲਾਂ ਕਰਦੇ ਹਾਂ ਇੱਕ ਛੋਟੀ ਜਿਹੀ ਵਿਜ਼ਿਟ, ਆ ਜਾਓ। ਦੋਸਤੋ ਵਿਜ਼ਿਟ ਤੋਂ ਬਾਅਦ ਦੁਬਾਰਾ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ। ਤਾਂ ਦੋਸਤੋ ਸੁਣਿਆ ਹੈ ਸਾਡੇ ਬੈਠੇ ਨੇ ਚਾਈਨੀਜ਼ ਸਿੰਘ, ਦੋ ਬ੍ਰਦਰਸ ਨੇ ਜਿਹਨਾਂ ਨੇ ਇਹ ਕੰਸੈਪਟ ਸ਼ੁਰੂ ਕੀਤਾ। ਚਾਈਨੀਜ਼ ਇਹਨਾਂ ਨੂੰ ਜਾਣਦੇ ਕਿ ਚਾਈਨੀਜ਼ ਸਿੰਘ ਕਦ ਸ਼ੁਰੂ ਹੋਇਆ ਅਤੇ ਕੀ ਕੰਸੈਪਟ ਹੈ ਇਹਨਾਂ ਦਾ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਭਾਅ ਜੀ, ਆਪਣਾ ਜਿਹੜਾ ਚਾਈਨੀਜ਼ ਸਿੰਘ ਹੈ ਇਹ ਕਦ ਸ਼ੁਰੂ ਕੀਤਾ ਹੈ ਅਤੇ ਇਹਦਾ ਕੰਸੈਪਟ ਬੇਸਿਕਲੀ ਹੈ ਕੀ? ਇਹ ਸਟਾਰਟਿੰਗ ਦਾ ਜੀ, ਖੈਰ ਆਪਾਂ ਕਾਫੀ ਟਾਈਮ ਤੋਂ ਸੋਚਦੇ ਸੀ ਸ਼ੁਰੂ ਕਰਨ ਦਾ, ਬਟ ਹੁਣ ਰੀਸੈਂਟਲੀ ਆਪਾਂ ਲਾਂਚ ਕੀਤਾ। ਬੇਸਿਕਲੀ ਆਪਣਾ ਬ੍ਰਾਂਡ ਲਾਂਚ ਕੀਤਾ ਆਪਾਂ ਓਕੇ ਫੂਡ ਇੰਡਸਟਰੀ ਅਤੇ ਕੰਸੈਪਟ ਥੋੜ੍ਹਾ ਆਪਾਂ ਸੋਚ ਰਹੇ ਸੀਗੇ ਕਿ ਵੀ ਆਪਾਂ ਥੋੜ੍ਹਾ ਯੂਨੀਕ ਕਰੀਏ ਕੰਮ, ਠੀਕ ਹੈ। ਬੀਂਗ ਫਰੋਮ ਸਿੱਖ ਫੈਮਿਲੀ ਆਪਾਂ ਸੋਚਦੇ ਹਾਂ ਕਿ ਵੀ ਹਾਂ ਯਾਰ ਠੀਕ ਹੈ, ਸਿੰਘ ਜ਼ਰੂਰ ਆਉਣਾ ਚਾਹੀਦਾ ਨਾਲ, ਤਾਂ ਬੇਸਿਕਲੀ ਚਾਈਨੀਜ਼ ਸਿੰਘ ਤਾਂ ਰੱਖਿਆ ਆਪਾਂ। ਅਤੇ ਜਿਹੜਾ ਆਈਡੀਆ ਸੀਗਾ ਉਹ ਮੇਰਾ ਬ੍ਰਦਰ ਤੁਹਾਨੂੰ ਜ਼ਿਆਦਾ ਦੱਸ ਪਾਏਗਾ। ਕਿਆ ਬਾਤ ਹੈ, ਹਾਂਜੀ ਭਾਈ ਦੱਸੋ। ਬੇਸਿਕਲੀ ਸਰ ਆਈਡੀਆ ਐਵੇਂ ਸੀਗਾ, ਛੋਟਾ ਬ੍ਰਦਰ ਹੈ ਮੇਰਾ ਜੋ ਫੂਡ ਇੰਡਸਟਰੀ ਦੇ ਵਿੱਚ ਹੀ ਹੈ, ਸਾਡੀ ਸ਼ੋਪ ਖੋਲ੍ਹਣ ਦੀ ਸਟਾਰਟਿੰਗ ਸੀਗੀ, ਤਾਂ ਸਾਡੇ ਘਰ ਦੇ ਵਿੱਚ ਸਾਰੇ ਛੋਟੇ ਛੋਟੇ ਸਰਦਾਰ ਨੇ ਭੱਟੀਆਂ ਵਾਲੇ ਓਕੇ, ਤਾਂ ਸਾਨੂੰ ਇਹ ਸੀਗਾ ਆਪਾਂ ਚਾਈਨੀਜ਼ ਅਤੇ ਕੌਂਟੀਨੈਂਟਲ ਵੇਚਣਾ ਮੋਹਾਲੀ ਦੇ ਵਿੱਚ, ਪੰਜਾਬ ਦੇ ਵਿੱਚ, ਤਾਂ ਇੱਕ ਉਸੇ ਤਰੀਕੇ ਨਾਲ ਵੇਚੀਏ ਵੀ ਲੋਕ ਅਟਰੈਕਟ ਰਹਿਣ, ਤਾਂ ਚਾਈਨੀਜ਼ ਸਿੰਘ ਜਿਹੜਾ ਸੀਗਾ ਸਾਡੇ ਵਾਸਤੇ ਬਿਲਕੁਲ ਪਰਫੈਕਟ ਨਾਮ ਹੈ। ਕਿਆ ਬਾਤ ਹੈ ਦੋਸਤੋ, ਭਾਈ ਕਨਸੈਪਟ ਤਾਂ ਬਹੁਤ ਵਧੀਆ, ਨਾਮ ਤਾਂ ਓਬਵੀਅਸਲੀ ਯੂਨੀਕ ਹੈ ਯਾਰ, ਮਿਸਟਰ ਸਿੰਘ ਸੁਣਿਆ ਅਸੀਂ, ਹੈਪੀ ਸਿੰਘ ਸੁਣਿਆ, ਪਰ ਚਾਈਨੀਜ਼ ਸਿੰਘ ਫਸਟ ਟਾਈਮ ਨਾ ਓਬਵੀਅਸਲੀ ਯੂਨੀਕ ਹੈ, ਟੋਟਲੀ ਚਾਈਨੀਜ਼ ਕਨਸੈਪਟ ਹੈ ਓਬਵੀਅਸਲੀ। ਅਤੇ ਭਾਅ ਜੀ ਮੈਨੂੰ ਇਹ ਦੱਸੋ ਕਿ ਆਪਣੇ ਚਾਈਨੀਜ਼ ਸਿੰਘ ਦੀਆਂ ਮੇਨ ਸਪੈਸ਼ਲਟੀਜ਼ ਕੀ ਨੇ? ਮੋਰਨਿੰਗ ਮੈਂ ਤੁਹਾਡਾ ਮੈਨਿਊ ਵੇਖਿਆ ਸੀਗਾ, ਆਲਮੋਸਟ 100+ ਡਿਸ਼ਿਜ਼ ਨੇ ਤੁਹਾਡੇ ਕੋਲ, ਬਟ ਕੁਛ ਇੱਦਾਂ ਦੀ ਸਪੈਸ਼ਲਟੀ ਤੁਸੀਂ ਕਹਿੰਦੇ ਕਿ ਹਾਂ ਕਿ ਇਹ ਸਾਡੇ ਮੇਨ ਸਪੈਸ਼ਲਟੀ ਹੋਰ ਕਿਤੇ ਨਹੀਂ, ਕੁਛ ਇੱਦਾਂ ਦਾ ਦੱਸਣਾ ਚਾਹੁੰਦੇ ਸੀ? ਦੇਖੋ ਸਰ, ਸਪੈਸ਼ਲੀ ਜਿਹੜੇ ਹੈਗੇ ਸਾਡੇ, ਜਿਹੜੇ ਤੁਸੀਂ ਕੁਰਕੁਰੇ ਮੋਮੋਸ ਖਾਓਗੇ ਉਹ ਤੁਹਾਨੂੰ ਮਤਲਬ ਨੋਰਮਲੀ ਲੋਕ ਦੇਣਗੇ, ਤੁਹਾਨੂੰ ਕਹਿ ਕੇ ਕੁਰਕੁਰੇ ਦੇਣਗੇ, ਬਟ ਐਕਚੁਅਲ ਹੁੰਦਾ ਨਹੀਂ ਹੈ ਕੁਰਕੁਰੇ, ਬੇਸਿਕਲੀ ਕਰੰਚੀਨੈਸ ਨਹੀਂ ਹੁੰਦੀ ਉਹਨਾਂ 'ਚ। ਜੇ ਤੁਸੀਂ ਸਾਡੇ ਕੋਲ ਆਓਗੇ ਤਾਂ ਤੁਹਾਨੂੰ ਓਰੀਜਨਲ ਕੁਰਕੁਰੇ ਮੋਮੋਸ ਮਿਲੂਗੇ ਕੌਂਟੀਨੈਂਟਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਰੈਪਸ ਹੈਗੇ ਆ, ਸਪੈਸ਼ਲ ਜਿਹੜਾ ਸਾਡਾ ਹੈਗਾ ਜੋ ਆਪਾਂ ਇੱਕ ਵਧੀਆ ਚੀਜ਼ ਤੁਸੀਂ ਕਹਿ ਲਓ, ਜੇ ਜਿੱਦਾਂ ਕਿ ਪੁੱਛਦੀ ਆ ਕਿ ਹਾਂ ਭਾਅ ਜੀ ਕੀ ਵਧੀਆ ਤੁਹਾਡਾ, ਵਧੀਆ ਸਾਰਾ ਕੁਝ ਹੁੰਦਾ, ਬਟ ਇਹ ਹੈ ਕਿ ਵੀ ਹਾਂ ਜਨਤਾ ਦੇ ਜਿਹੜੇ ਟੇਸਟ ਨੂੰ ਉਹਨੂੰ ਲੱਗਦਾ ਉਹ ਆਪਾਂ ਕਹਿ ਕੇ ਚੱਲਦੇ ਕਿ ਹਾਂ ਯਾਰ ਠੀਕ ਹੈ ਸਾਡਾ ਹੌਟ ਸੈਲਿੰਗ ਪ੍ਰੋਡਕਟ ਹੈ। ਸਹੀ ਗੱਲ ਹੈ ਦੋਸਤੋ, ਇੰਨਾ ਕੁਛ ਹੈਗਾ, ਹਰ ਚੀਜ਼ ਵਧੀਆ ਅਤੇ ਰੈਪਸ ਓਕੇ ਦੋਸਤੋ, ਕਈ ਜਗ੍ਹਾ ਰੈਪ ਕਰਕੇ ਇੱਥੇ ਵੀ ਅਸੀਂ ਜ਼ਰੂਰ ਟਰਾਈ ਕਰਾਂਗੇ, ਕਿੱਦਾਂ ਦਾ ਟੇਸਟ ਆ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਦੋਸਤੋ ਇਸੇ ਨਾਲ ਜਿਵੇਂ ਲੈਂਦੇ ਇਜਾਜ਼ਤ ਅਤੇ ਲੈਂਦੇ ਛੋਟਾ ਜਿਹਾ ਬ੍ਰੇਕ, ਤਾਂ ਬ੍ਰੇਕ ਤੋਂ ਬਾਅਦ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਏਗਾ, ਤੁਸੀਂ ਇੰਜੋਏ ਵੀ ਕੀਤਾ ਹੋਣਾ ਆਪਣੇ ਚਾਈਨੀਜ਼ ਸਿੰਘ ਸਾਹਿਬ ਦੇ ਨਾਲ, ਹਰ ਗੱਲਾਂ ਵੀ ਇੰਜੋਏ ਕੀਤੀਆਂ ਅਤੇ ਵੀਡੀਓ ਵੀ ਇੰਜੋਏ ਕੀਤਾ ਹੋਇਆ। ਤਾਂ ਦੋਸਤੋ ਨੈਕਸਟ ਟਾਈਮ ਮਿਲਾਂਗੇ ਇੱਕ ਨਵੇਂ ਟੇਸਟ ਅਤੇ ਨਵੇਂ ਪਲੇਸ ਦੇ ਨਾਲ। ਪਰ ਦੋਸਤੋ ਇੱਕ ਗੱਲ ਜ਼ਰੂਰ ਕਰਨਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਪਲੱਸ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਮੇਰੀ ਹਰ ਨੋਟੀਫਿਕੇਸ਼ਨ ਮਿਲਦੀ ਰਹੇ। ਤਾਂ ਦੋਸਤੋ ਮਿਲਦੇ ਹਾਂ ਨੈਕਸਟ ਟਾਈਮ ਇੱਕ ਨਵੇਂ ਟੇਸਟ ਅਤੇ ਨਵੇਂ ਪਲੇਸ ਦੇ ਨਾਲ, ਤਦ ਤੱਕ ਲਈ ਰੱਬ ਰੱਖਾ।